ਪੰਜਾਬ ਕੇਸਰੀ ਦਿੱਲੀ ਸਮੂਹ ਦੇ ਸੰਪਾਦਕ ਅਸ਼ਵਨੀ ਚੋਪੜਾ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਦਿੱਲੀ ਦੇ ਨਿਗਮ ਬੋਧ ਘਾਟ ਦੇ ਉੱਤੇ ਉਹਨਾਂ ਦੀਆਂ ਅੰਤਿਮ ਰਸਮਾਂ ਨਿਭਾਈਆਂ ਗਈਆਂ। ਇਸ ਮੌਕੇ ਕਈ ਵੱਡੀਆਂ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਹਿੱਸਾ ਲਿਆ। ਕਾਂਗਰਸ ਦੇ ਪ੍ਰਿਯੰਕਾ ਗਾਂਧੀ, ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅਤੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਵੀ ਇਸ ਮੌਕੇ ਤੇ ਪਹੁੰਚੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਪਰਿਵਾਰ ਦੇ ਨਾਲ ਨਾਲ ਵਿਖਾਈ ਦਿੱਤੇ, ਜਿਨ੍ਹਾਂ ਨੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉੱਥੇ ਹੀ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ ਵੀ ਇਸ ਮੌਕੇ ਤੇ ਪਹੁੰਚੇ, ਜਦਕਿ ਹਰਿਆਣਾ ਦੇ ਲੀਡਰ ਆਫ ਆਪੋਜੀਸ਼ਨ ਭੁਪਿੰਦਰ ਹੁੱਡਾ ਨੇ ਵੀ ਸ਼ਿਰਕਤ ਕੀਤੀ। ਇਸੇ ਦੇ ਨਾਲ ਦੈਨਿਕ ਸਵੇਰਾ ਟਾਈਮਸ ਦੇ ਐਡੀਟਰ ਇਨ ਚੀਫ ਸ਼ੀਤਲ ਵਿਜ ਵੀ ਇਸ ਮੌਕੇ ਪਹੁੰਚੇ, ਜਿਨ੍ਹਾਂ ਨੇ ਇਸ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਸਾਰਿਆਂ ਨੂੰ ਅਸ਼ਵਨੀ ਚੋਪੜਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੀ ਅਪੀਲ ਕੀਤੀ। ਪੱਤਰਕਾਰਿਤਾ ਜਗਤ ਮੇਂ ਵੀ ਔਰ ਸਮਾਜ ਕੇ ਅੰਦਰ ਵੀ ਜੋ ਉਨਕੀ ਲੇਖਨੀ ਥੀ, ਜੋ ਉਨਕੀ ਵਿਚਾਰ ਥੇ ਸਮਾਜ ਕੇ ਲੀਏ, ਸਮਾਜਿਕ ਤਾਨਾ ਬਾਨਾ ਕੈਸੇ ਮਜ਼ਬੂਤ ਹੋ, ਸਟੀਕ ਔਰ ਆਲੋਚਕ ਵਿਚਾਰ ਕਮੈਂਟ ਕੇ ਸਾਥ ਮੇਂ ਆਤੇ ਥੇ, ਸਭ ਲੋਗ ਲਾਇਕ ਕਰਦੇ ਥੇ, ਪੂਰੇ ਦੇਸ਼ ਕੇ ਆਮ ਜਨ ਐਪਰੀਸ਼ੀਏਟ ਕਰਦੇ ਥੇ। ਅਸ਼ਵਨੀ ਜੀ ਕਾ ਜੋ ਵਿਅਕਤੀਤਵ ਥਾ, ਵੋ ਆਪਣੇ ਆਪ ਮੇਂ ਇੱਕ ਅਨੋਖਾ ਵਿਅਕਤੀਤਵ ਥਾ। वो एक बहुत अच्छे परिवार से, स्वतंत्र सेनानी परिवार से और सामाजिक परिवार से थे और बहुत स्पष्टवादी थे। उनके जाने से देश को भी समाज को भी तो क्षति हुई है और व्यक्तिगत तौर पे हमारे को भी, क्योंकि हमारे पारिवारिक संबंध थे। वो बहुत ही निर्भीक पत्रकारों में से वो एक, बहुत लॉस होया। एक ऐसी शख्सियत जिन्हों असी लोग सारे दोस्त, ਸਾਡੇ ਲਈ ਉਹਦੀ ਦੋਸਤੀ, ਉਹਦਾ ਪਿਆਰ ਭੁਲਾਉਣਾ ਅਸੰਭਵ ਹੈ। ਔਰ ਅਸੀਂ ਸਾਰੇ ਜਿੰਨੇ ਵੀ ਉਹਦੇ ਬਚਪਨ ਦੇ ਦੋਸਤ ਹੈ, ਅਸੀਂ ਸਾਰੇ ਗਮਗੀਨ ਹੈ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨੂੰ ਆਪਣੇ ਚਰਨਾਂ 'ਚ ਸਥਾਨ ਦੇਣਾ ਔਰ ਉਹਨਾਂ ਦੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣਾ। ਮੈਂ ਇੱਕ ਵਾਰ ਸਾਰੀ ਦੈਨਿਕ ਸਵੇਰਾ ਅਖਬਾਰ ਵੱਲੋਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹੋ ਜਿਹੀ ਸ਼ਖਸੀਅਤ ਦੁਆਰਾ ਪੈਦਾ ਨਹੀਂ ਹੁੰਦੀ ਔਰ ਸਾਰੇ ਜਣੇ ਇਸ ਪ੍ਰੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ। ਦੱਸਦੀ ਕਿ ਬੀਤੇ ਦਿਨ ਹੀ ਅਸ਼ਵਨੀ ਚੋਪੜਾ ਦਾ ਦੇਹਾਂਤ ਹੋਇਆ ਸੀ, ਜਿਸ ਦੇ ਬਾਅਦ ਬੀਤੇ ਦਿਨ ਵੀ ਪ੍ਰਿਯੰਕਾ ਗਾਂਧੀ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦਾ ਇਜ਼ਹਾਰ ਕਰਨ ਲਈ ਪਹੁੰਚੇ ਸਨ ਅਤੇ ਅੱਜ ਉਹਨਾਂ ਦਾ ਦਿੱਲੀ ਦੇ ਨਿਗਮ ਬੋਧ ਘਾਟ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਜਿਸ ਮੌਕੇ ਵੀ ਵੱਡੀ ਗਿਣਤੀ 'ਚ ਸ਼ਖਸੀਅਤਾਂ ਨੇ ਹਿੱਸਾ ਲਿਆ ਅਤੇ ਇਸ ਦੌਰਾਨ ਹਰ ਇੱਕ ਅੱਖ ਨਮ ਨਜ਼ਰ ਆਈ। ਦਿੱਲੀ ਤੋਂ ਨਿਤਿਨ ਧੀਮਾਨ ਦੀ ਰਿਪੋਰਟ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ। ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ: ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।